ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ? ਠੀਕ ਠਾਕ ਹੋਵੋਗੇ? ਅੱਜ ਆਪਾਂ ਗੱਲਬਾਤ ਕਰਨੀ ਆ ਅਡਾਨੀਆਂ ਦੇ ਵਿਆਹ ਦੀ, ਪਾਵਰ ਦੀ। ਚਲੋ ਵਿਆਹ ਪੈਸਾ ਹੈਗਾ, ਪੈਸਾ ਦੱਸ ਸਕਦਾ ਹਰੇਕ, ਉਹਦੀ ਪਾਵਰ ਦੀ ਗੱਲ ਸ਼ਰੇਆਮ ਸ਼ੋਅ ਹੁੰਦਾ ਪਿਆ ਵਾ, ਬੰਦਿਆਂ ਨੂੰ ਜਿਹਦਾ ਨਹੀਂ ਗਾ ਕਹਿੰਦੇ ਇੰਨੇ ਦਾ ਐਂ ਪਾਇਆ, ਉਹਨੇ ਇੰਨੇ ਦਾ ਕਿੰਨਾ ਖਰਚਾ ਕਰਤਾ। ਉਹ ਐਕਚੁਲੀ ਸ਼ੋਅ ਪਾਵਰ ਕਰਦਾ ਵੀ ਮੈਂ ਹੀ ਹਾਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ, ਅਸੀਂ ਮੋਦੀ ਕੋਈ ਨਹੀਂ ਹੈਗਾ। ਇਹ ਮੰਨਣ 'ਤੇ ਤੁਹਾਡੇ 'ਤੇ ਆ, ਸੋਚਣ 'ਤੇ ਤੁਹਾਡੇ 'ਤੇ ਆ ਮਿੱਤਰ ਪਿਆਰਿਓ, ਜਿਹੜਾ ਵਰਲਡ ਵਾਈਡ ਤੋਂ ਤਕੜੇ ਤਕੜੇ ਬੰਦੇ ਸੱਦ ਲਏ ਨੇ। ਪਾਵਰ ਆ ਬਈ ਪਾਵਰ, ਇਹਨੂੰ ਪਾਵਰ ਕਹਿੰਦੇ, ਇਹਨੂੰ ਕੋਪਰੇਟ ਕਹਿੰਦੇ ਆ, ਇਹਨੂੰ ਕੋਪਰੇਟ ਪਾਵਰ ਕਹਿੰਦੇ ਆ। ਵੀਰੇ ਜਿਹੜੇ ਭੈਣ ਬੋਲੀਵੁੱਡ ਵਾਲੇ ਹਾਲੀਵੁੱਡ ਵਾਲੇ ਫੁੱਲ ਸਿੱਟਣ ਲਾਏ ਹੋਏ ਸੀਗੇ, ਵੱਡੇ ਵੱਡੇ ਇਹਨਾਂ ਨੂੰ ਲੱਖਾਂ ਰੁਪਏ ਲੈ ਕੇ ਸੱਦਦੇ ਆ ਲੋਕ, ਉਹਨਾਂ ਫੁੱਲ ਸਿੱਟਣ ਲਾਏ ਹੋਏ ਸੀਗੇ, ਇੰਨੀ ਪਾਵਰ ਉਹਨਾਂ ਹੀ ਕੋਰਪੋਰੇਟਰਾਂ ਦੀ। ਮੋਦੀ ਭਗਤ ਮੋਦੀ ਕੁਛ ਨਹੀਂ ਹੈਗਾ ਭਾਈ, ਇਹੀ ਚਲਾਉਂਦੇ ਨੇ ਦੇਸ਼ ਨੂੰ। ਗੱਲਬਾਤ ਇਹੀ ਹੈ ਮਿੱਤਰੋ, ਤੁਹਾਡੇ ਸਾਹਮਣੇ ਅੱਖਾਂ ਦੇ ਕੀ ਚੱਲਦਾ ਪਿਆ ਦੇਖੋ। ਦਲਜੀਤ ਬਾਈ ਨੇ ਤਾਂ ਵੱਟ ਕੱਢਦੇ ਬਾਈ, ਪੱਗ ਦੀ ਪੂਰੀ ਪ੍ਰਮੋਸ਼ਨ ਕੀਤੀ ਆ, ਆਈ ਸਲੂਟ ਦਲਜੀਤ ਭਾਅ ਜੀ। ਗੱਲਬਾਤ ਬਾਈ ਇਹ ਆ ਵੀ ਇਹੀ ਦੁਨੀਆਂ ਨੂੰ ਚਲਾਉਂਦੇ ਨੇ, ਅਤੇ ਦੁਨੀਆਂ ਨੂੰ ਨਹੀਂ ਚਲੋ ਹਿੰਦੁਸਤਾਨ ਤਾਂ ਚਲਾਉਂਦੇ ਨੇ, ਅਤੇ ਪਾਵਰ ਪੈਸਾ ਵੀ ਦੇਖੋ, ਪੈਸਾ ਉਹਦੀ ਪਾਵਰ ਆ। ਅਸੀਂ ਪੀ ਐੱਮ ਪੂਐਮ ਤਾਂ ਐਂ ਬਦਲਦਾ, ਐਂ ਚੁੜਕੀਆਂ ਨਾਲ ਬਈ ਸਾਰੀ ਪੀ ਐੱਮ ਦਿਖੇਗਾ ਤਾਂ ਨਹੀਂ ਹੈਗਾ, ਉਹ ਤਾਂ ਨਹੀਂ ਦਿਖਿਆ ਹੈਗਾ। ਉਹ ਐਤਕੀ ਪੀ ਐੱਮ ਨਹੀਂ, ਹਰੇਕ ਪ੍ਰੋਗਰਾਮ 'ਤੇ ਹੁੰਦਾ ਪੀ ਐੱਮ, ਉਹ ਤਾਂ ਨਹੀਂ ਆਇਆ ਹੈਗਾ। ਲੋਕਾਂ ਨੂੰ ਪਤਾ ਲੈਣਾ ਵੀ ਮੈਂ ਤਾਂ ਇਹਦਾ ਹੀ ਬੰਦਾ, ਫੋਟੋ ਕੋਈ ਆਈ ਨਹੀਂ ਉਹਦੀ, ਵੈਸੇ ਮੈਂ ਤਾਂ ਦੇਖੀ ਨਹੀਂ, ਪਤਾ ਨਹੀਂ ਸ਼ਾਇਦ ਗਿਆ ਵੀ ਹੋਵੇ ਅੰਦਰ, ਕਦੀ ਜਾਇਆ ਹੋਵੇ ਵੱਖਰੀ ਗੱਲ, ਪੈਰ ਪੂਛ ਹੋਇਆ ਬਈ। ਕੋਪਰੇਟ ਦਾ ਬੋਲਬਾਲਾ ਪੂਰਾ ਵਾ, ਇਹ ਸਾਰੇ ਕਾਹੇ 'ਚ ਆ ਗਏ, ਐਗਰੀਕਲਚਰ 'ਚ ਆ ਗਏ, ਪ੍ਰੋਪਰਟੀਆਂ ਲੈਣ ਲੱਗ ਗਏ, ਸਾਰਾ ਕੰਮ ਰੁੜ ਲਿਆ ਰਹੇ। ਹਿੰਦੁਸਤਾਨ ਦਾ ਕਿਹੜਾ ਕੰਮ ਨਹੀਂ ਹੈਗਾ, ਇਹ ਨਹੀਂ ਕਰਦੇ ਹੈਗੇ ਵੀਰੇ। 1000 ਕਰੋੜ ਦੇ ਰਿਸ਼ਾ ਉਹ 'ਤੇ ਲਾਤਾ ਇਕੱਲਾ ਦਿੰਗ ਸਰ ਨਹੀਂ, ਅਤੇ ਵਿਆਹ 'ਤੇ ਦੇਖ ਲਓ ਕੀ ਲਿਖਣਾ ਏ। ਅਤੇ ਟੋਟਲ ਬੋਲੀਵੁੱਡ ਨੂੰ ਫੁੱਲ ਸਿੱਟਣ ਲਾਇਆ ਸੀ ਇਹਨਾਂ ਨੇ, ਇਹਨਾਂ ਨੂੰ ਆਪਾਂ ਲੱਖ ਰੁਪਏ ਲਾ ਕੇ ਸੱਦਦੇ ਹਾਂ ਸੈਲੀਬ੍ਰਿਟੀਆਂ ਨੂੰ। ਚਲੋ ਵੱਖਰੀ ਗੱਲ ਆ, ਇੰਜੋਏ, ਚਲੋ ਵਧਾਈ, ਆਪਾਂ ਤੁਹਾਨੂੰ ਵਧਾਈਆਂ ਦਿੰਦੇ ਹਾਂ ਬਾਈ, ਤੇਰੀ ਲੰਬੀ ਉਮਰ ਦੇ, ਆਹ ਇੰਜੋਏ ਕਰ, ਤੈਨੂੰ ਪਾਰਟਨਰ ਵਧੀਆ ਮਿਲਿਆ। ਪਰ ਉਹਨੇ ਪਾਵਰ ਦਿਖਾਈ ਆ ਵੀ ਮੈਂ ਕੁਛ ਹੈਗਾ ਹਾਂ ਦੁਨੀਆਂ 'ਚ, ਪਾਵਰ ਦੁਨੀਆਂ ਨੂੰ ਦਿਖਾਈ ਆ, ਦੁਨੀਆਂ ਨੂੰ ਤਾਂ ਅਸੀਂ ਵੀ ਹਿੰਦੁਸਤਾਨੀ ਹੈਗੇ ਹਾਂ, ਪਰ ਉਹਦੇ ਪਿੱਛੇ ਬਹੁਤ ਸਿਸਟਮ ਆ ਬਾਈ, ਸੋਚੋ ਇਹ ਗੱਲ। ਇੰਨੇ ਪੈਸੇ ਖਰਚੇ ਆ ਪਰ ਇੰਨਾ ਪੈਸਾ ਕੋਈ ਖਰਚਦਾ ਨਹੀਂ ਗਾ, ਇਹ ਪਾਵਰ ਦਿਖਾਈ ਆ ਬੰਦੇ ਨੇ, ਹੈਗੇ ਆ ਬਸ, ਹੁਣ ਇਹ ਗੱਲ ਸੋਚਣ ਵਾਲੀ ਆ। ਸੋਚੋ ਅਤੇ ਐਂਡ ਤੱਕ ਲਾਈਕ ਐਂਡ ਸ਼ੇਅਰ ਅਤੇ ਸਬਸਕ੍ਰਾਈਬ ਕਰਿਆ ਕਰੋ ਬਾਈ, ਬਣ ਕੇ ਕੋਈ ਵਧੀਆ ਗੱਲਾਂ ਕਰਿਆ ਕਰਾਂਗੇ, ਵਧੀਆ ਤੁਹਾਨੂੰ ਸੁਣਾਇਆ ਕਰਾਂਗੇ, ਬਾਹਲੇ ਵਿਊ ਨਹੀਂ ਆਉਂਦੇ ਹੈਗੇ ਥੋੜ੍ਹੇ। ਇੱਕ ਗੱਲ ਹੋਰ ਆ ਜੀ, ਕਿਸਾਨ ਧਰਨੇ 'ਤੇ ਕਹਿੰਦੇ ਵੀ ਇਹਨਾਂ ਨੇ ਕਿਸਾਨ ਧਰਨੇ ਬਾਰੇ ਬੋਲਿਆ ਸੀਗਾ ਉਦੋਂ ਵੀ ਉਹਨਾਂ ਨੂੰ ਸੱਦਿਆ ਜਾਣ ਕੇ, ਇਹਨਾਂ ਨੇ ਪੱਤਾਂ ਥੱਲੇ 'ਚ ਕਢਾਇਆ ਵਾ। ਚਲੋ ਹੋ ਸਕਦਾ ਵੀ ਪੈਸੇ ਦੇ ਜ਼ੋਰ 'ਤੇ ਕਰਾ ਸਕਦੇ ਸਾਰਾ ਕੁਛ, ਬਾਕੀ ਕਿਹੜੇ ਬੰਦੇ ਮਿਹਨਤ ਕਰਦੇ ਆ, ਕਿੰਨਾ ਟੈਲੈਂਟ ਆ ਬਈ, ਉਹਨਾਂ ਨੇ ਤਾਂ ਜਾਣਾ ਆ ਪਰਫੋਰਮ ਕਰਨ। 8-8 ਕਰੋੜ 10-10 ਕਰੋੜ ਰੁਪਇਆ ਮਿਲਦਾ, ਠੀਕ ਆ ਜੀ, 75-75 ਕਰੋੜ ਰੁਪਇਆ ਮਿਲਦਾ ਉਹਨੂੰ ਆਪਦੇ ਗਾਣਾ ਗਾਉਣ ਵਾਸਤੇ ਜੋ ਵੀ ਆ। ਅਗਲਾ ਕਰੂਗਾ ਹੀ ਕੰਮ ਬਾਈ, ਤੁਹਾਡੇ ਕਰਕੇ ਥੋੜ੍ਹੀ ਛੱਡੂਗਾ, ਅਗਲਾ ਸਪੋਰਟ ਕਰਦਾ ਵੀ ਆ ਹਰੇਕ ਜਗ੍ਹਾ 'ਤੇ, ਮਤਲਬ ਕਰਨੀ ਵੀ ਚਾਹੀਦੀ ਅਗਲੇ ਨੇ, ਰੋਟੀ ਪਾਣੀ ਵੀ ਚਲਾਉਣਾ ਆਪਦਾ। ਅਤੇ ਦੂਜੀ ਗੱਲ ਇਹ ਆ ਵੀ ਬਾਕੀ ਹਰੇਕ ਚੀਜ਼ ਛੱਡਣੀ ਵੀ ਨਹੀਂ ਚਾਹੀਦੀ, ਪਰ ਉਹਨਾਂ ਨੇ ਆਪਦਾ ਬਿਜ਼ਨਸ ਸ਼ੋਅ ਕੀਤਾ, ਆਪਦਾ ਤਾਕਤ ਸ਼ੋਅ ਕੀਤੀ ਆ, ਦਲਜੀਤ ਭਾਈ ਨੇ ਆਪਦਾ ਸਰਦਾਰੀ ਸ਼ੋਅ ਕਰਕੇ ਆਇਆ ਵਰਲਡ 'ਚ, ਅਤੇ ਉੱਥੇ ਨੱਚਣ ਵੀ ਜਿਹੜੇ ਦੂਜਿਆਂ ਗਾਣਿਆਂ ਗੁਣਿਆਂ ਤੋਂ ਨੱਚ ਨਹੀਂ ਹੁੰਦੇ, ਸਭ ਪੰਜਾਬੀ ਗਾਣਿਆਂ 'ਤੇ ਝੂਲਣ ਲੱਗਦੇ ਸੀਗੇ। ਭਾਈ ਇੰਨਾ ਹਰੇਕ ਚੀਜ਼ ਨੂੰ ਨੈਗੇਟਿਵ ਨਾ ਲਿਆ ਕਰੋ, ਉਹ 'ਚੋਂ ਵੀ ਪੋਜੀਟਿਵ ਦੇਖੋ ਕੀ ਹੋਇਆ ਕੀ ਨਹੀਂ, ਠੀਕ ਨੇ। ਸਾਰੀਆਂ ਚੀਜ਼ਾਂ ਨੈਗੇਟਿਵ ਨਹੀਂ ਲੈਣੀ ਚਾਹੀਦੀਆਂ, ਚਲੋ ਪੈਸੇ ਕਰਕੇ ਕਰਨਾ ਪੈਂਦਾ ਕੰਮ, ਪਰ ਐਂ ਆ ਵੀ ਹੁਣ ਆਪਣੇ ਵੀ ਪੱਗ ਦੀ ਟੌਹਰ ਤਾਂ ਹੋਈ ਆ, ਇਕੱਲਾ ਸਰਦਾਰ ਉੱਥੇ ਬੈਠਾ ਸਟੇਜ 'ਤੇ ਕਿੰਨਾ ਸੋਹਣਾ ਲੱਗਦਾ ਸੀ ਨਾ,
ਅਗਲਾ ਸਤਿ ਸ਼੍ਰੀ ਅਕਾਲ ਹੁੰਦਾ ਹੀ ਝੋਕੇ ਪਾਉਂਦਾ ਸੀਗਾ, ਪੱਗ ਨੂੰ ਸਲਾਮਾਂ ਸੀਗੀਆਂ ਬਾਈ ਉਹ ਦਲਜੀਤ ਤੇ। ਚਲੋ ਦਲਜੀਤ ਦਸਾਂ ਦਾ ਰੂਪ ਤਾਂ ਹੈ ਉਹ ਪੱਗ ਕਰਕੇ ਆ ਵੀ, ਪਰ ਪੱਗ ਨੂੰ ਸਲਾਮਾਂ ਹੁੰਦੀਆਂ ਸੀਗੀਆਂ ਉੱਥੇ ਝੋਕੇ ਸਤਿ ਸ਼੍ਰੀ ਅਕਾਲ ਹੁੰਦੇ ਸੀਗੇ, ਇੰਨੀ ਇੱਜ਼ਤ ਮਾਣ ਕਰਦੇ ਸੀਗੇ। ਪੋਜ਼ੀਟਿਵ ਲਓ, ਵਧੀਆ ਗੱਲ ਆ। ਲੋਕਾਂ ਨੇ ਉਹਨਾਂ ਨੇ ਦੇਖ ਲਿਆ ਘੜੀਆਂ ਦੀ ਪ੍ਰਮੋਸ਼ਨ ਕੀਤੀ ਬਾਈ, ਤੁਹਾਨੂੰ ਕਿਸੇ ਨੂੰ ਪਤਾ ਘੜੀਆਂ ਦੀ ਪ੍ਰਮੋਸ਼ਨ ਕੀਤੀ ਉਹਨਾਂ ਨੇ, ਕਿੰਨੇ ਕਰੋੜਾਂ ਦੀ ਘੜੀ ਪਾਈ ਫਿਰਦਾ, 100-100 ਕਰੋੜ ਦੀ ਘੜੀ ਪਾਈ ਫਿਰਦਾ, ਕਿਸੇ ਨੂੰ ਪਤਾ। ਉਹ ਕਿਹੜਾ ਆਇਆ ਸੀ ਉਹ ਫੇਸਬੁੱਕ ਵਾਲਾ, ਉਹਦੀ ਘਰ ਵਾਲੀ ਉਹਦੀ ਘੜੀ ਦੇਖਦੀ ਸੀਗੀ, ਉਹ ਵੀ ਇੱਕ ਪ੍ਰਮੋਸ਼ਨ ਆ ਬਾਈ, ਵੱਡੇ ਵੱਡੇ ਬੰਦੇ ਦਾ ਪ੍ਰਮੋਸ਼ਨ ਕਰਾ ਗਏ ਇਹ ਸਦਕੇ ਵਿਆਹ ਦੇ, ਤੁਹਾਨੂੰ ਵੀ ਪਤਾ ਬਾਹਲੀ ਵੱਡੀਆਂ ਗੇਮਾਂ ਨੇ ਬਾਈ। ਇੰਨੀ ਐਡ ਕਾਹਦੇ ਹੋ ਰਹੀ ਆ, ਹਰ ਇੱਕ ਚੀਜ਼ ਦੀ ਐਡ ਕਾਹਦੇ ਹੋ ਰਹੀ ਆ। ਫਿਰ ਇੱਕ ਉਹਨੇ ਉਹਨੇ ਕਿਹੜੀ ਪਾਰਕ ਖੋਲ੍ਹੀ ਆ, ਸਾਰੀ ਵਰਲਡ 'ਚ ਹੀ ਐਡ ਕਰਤੀ ਸਾਲੇ ਨੇ, ਉਹ ਕਿਹੜੀ ਉਹ ਦੂਜਿਆਂ ਵਾਸਤੇ ਪਾਰਕ ਬਣਾਈ ਆ, ਐਲੀਫੈਂਟ ਵਾਸਤੇ ਜਾਂ ਜੰਗਲੀ ਜਾਨਵਰਾਂ ਵਾਸਤੇ। ਬਾਈ ਉਹ ਵੀ ਬਿਜ਼ਨਸ ਆ ਇੱਕ, ਕਿਸੇ ਨੂੰ ਬਾਅਦ 'ਚ ਪਤਾ ਲੱਗੂਗਾ ਕਦੋਂ ਨਿਕਲੂ ਯਾਰ ਵਿੱਚੋਂ ਤਾਂ ਕੋਈ ਚੀਜ਼। ਪਰ ਉਹਨਾਂ ਦੇਖ ਲਓ ਵੀ ਕਿਵੇਂ ਐਡ ਕਰਤੀ ਵਰਲਡ 'ਚ, ਸਭ ਐਡ ਦਾ ਹੀ ਆ, ਬਿਜ਼ਨਸ ਦਾ ਮਾਈਂਡ ਆ ਸਭ ਪਤਾ। ਮੈਨੂੰ ਤਾਂ ਪਤਾ, ਚਲੋ ਲੋਕਾਂ ਨੂੰ ਨਹੀਂ ਪਤਾ, ਤੁਹਾਨੂੰ ਪਤਾ ਲੱਗੂ ਸਾਰਾ ਕੁਛ। ਇਹ ਸਭ ਐਡ ਹੀ ਸੀ ਬਾਈ ਵੱਡੀ, ਉਹ ਐਡ ਕਰ ਸਕਦੇ ਆ ਵੀ ਆਪਾਂ ਆਪਣੇ ਬੰਦੇ ਵੀ ਚਲੋ ਕਿੱਥੇ ਕਿੱਥੇ ਕਰ ਸਕਦੇ, ਕਰਨੇ ਚਾਹੀਦੇ। ਦਲਜੀਤ ਸਾਨੂੰ ਬਾਈ ਨੂੰ ਮਾੜਾ ਨਾ ਚੰਗਾ ਨਾ ਬੋਲੋ, ਵਧੀਆ ਪ੍ਰੋਗਰਾਮ ਕੀਤਾ ਉਹਨੇ, ਸਾਰੇ ਨੱਚਣ ਲਾਤੇ ਉੱਥੇ। ਚਲੋ ਪੈਸਾ ਵੀ ਲੈ ਕੇ ਕੰਮ ਕਰਨਾ ਪੈਂਦਾ, ਦੁਨੀਆਂ ਕਰਦੀ ਹੈ ਯਾਰ, ਆਪਾਂ ਵੀ ਕੰਮ ਕਰਦੇ ਹਾਂ, ਪੈਸੇ ਕਰਕੇ ਕਰਦੇ ਹਾਂ, ਮੁਫ਼ਤ ਜ਼ਰੂਰੀ ਕਰਦਾ ਕੋਈ। ਐਂ ਨਾ ਕਿਹਾ ਕਰੋ ਲੱਤਾਂ ਥੱਲੇ ਨੰਗਾ ਲਿਆ, ਉਹ ਕਿਹੜਾ ਲੱਤਾਂ ਥੱਲੇ ਨੰਗਿਆ, ਅਗਲਾ ਪੈਸੇ ਦਿੱਤੇ ਆ ਨਾ ਤਾਂ ਪ੍ਰੋਗਰਾਮ ਕੀਤਾ ਆ ਗਿਆ ਇਹ ਨਹੀਂ। ਬਾਕੀ ਨੈਗੇਟਿਵ ਪੋਜ਼ੀਟਿਵ ਤਾਂ ਚੱਲਦੀ ਰਹਿੰਦੀ ਜ਼ਿੰਦਗੀ 'ਚ।